ਪ੍ਰਾਊਡ ਮੀਡੀਆ ਪਾਰਟਨਰ ਦੇ ਸੀ ਟੀਵੀ ਯੂਐਸਏ ਤੇ ਪਾਕਿਸਤਾਨ ਕ੍ਰੋਨਿਕਲ ਲਿਆਏ ਨੇ ਪੰਜਾਬੀ ਫਿਲਮਾਂ ਦੇ ਚਾਹਣ ਵਾਲਿਆਂ ਲਈ ਵੱਡੀ ਖਬਰ। ਮਸ਼ਹੂਰ ਡਾਇਰੈਕਟਰ ਉਦੇ ਪ੍ਰਤਾਪ ਸਿੰਘ ਜੋ ਕਿ ਪਹਿਲਾਂ ਮੈਂ ਤਾਂ ਬਾਪੂ, ਦਿਲ ਦੀਆਂ ਗੱਲਾਂ ਤੇ ਰੌਕੀ ਹੈਂਡਸਮ ਜੀਆਂ ਵਧੀਆ ਫਿਲਮਾਂ ਡਾਇਰੈਕਟ ਕਰ ਚੁੱਕੇ ਨੇ, ਉਹਨਾਂ ਦੀ ਆਉਣ ਵਾਲੀ ਪੰਜਾਬੀ ਫਿਲਮ ਮਾਂ ਦਾ ਲਾਡਲਾ ਦੁਨੀਆ ਭਰ ਵਿੱਚ 16 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੀ ਮੇਨ ਕਾਸਟ 'ਚ ਤਰਸੀਮ ਜੱਸਰ, ਨੀਰੂ ਬਾਜਵਾ, ਰੂਪੀ ਗਿੱਲ, ਨਿਰਮਲ ਰਿਸ਼ੀ ਤੇ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਨਸੀਮ ਵਿੱਕੀ, ਇਫਤਖਾਰ ਠਾਕੁਰ ਤੇ ਕੈਸਰ ਪੀ ਅਦਾਕਾਰੀ ਕਰਦੇ ਹੋਏ ਨਜ਼ਰ ਆਣਗੇ। ਦੇਖਣਾ ਨਾ ਭੁਲਿਓ 16 ਸਤੰਬਰ ਨੂੰ ਪੰਜਾਬੀ ਫਿਲਮ ਮਾਂ ਦਾ ਲਾਡਲਾ ਆਪਣੇ ਕਰੀਬੀ ਸਿਨੇਮਾ ਘਰਾਂ 'ਚ।